ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਆਪਣੇ ਵਿਅੰਗਾਂ ਲਈ ਜਾਣੇ ਜਾਂਦੇ ਨੇ ਅਤੇ ਹੁਣ ਉਹਨਾਂ ਨੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫਿਰ ਤੋਂ ਮਜ਼ਾਕ ਉਡਾਇਆ ਅਤੇ ਮੀਡੀਆ ਨੂੰ ਵੀ ਸੁਖਬੀਰ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ। ਨਾਲ ਹੀ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਚਲਾਉਣ ਦੇ ਰਵੱਈਏ ਤੇ ਤਿੱਖੀ ਟਿੱਪਣੀ ਕੀਤੀ ਹੈ। ਇੱਥੇ ਭਗਵੰਤ ਮਾਨ ਨੇ ਕਿਵੇਂ ਸੁਖਬੀਰ ਸਿੰਘ ਬਾਦਲ ਦਾ ਮਜ਼ਾਕ ਉਡਾਇਆ ਤੁਸੀਂ ਵੀ ਦੇਖ ਲਓ। ਇੱਥੇ ਪੰਜਾਬ 'ਚ ਖਿੰਡੇ ਫਿਰਦੇ ਨੇ, ਉਹ ਬ੍ਰਹਮਪੁਰੇ ਹੋਰੀ ਸਾਰੇ ਇਕੱਠੇ ਹੋ ਕੇ ਪਰਸੋਂ ਨੂੰ ਪਾਰਟੀ ਬਣਾਉਣ ਲੱਗੇ ਨੇ। ਉਹ ਕੀ ਕਹਿ ਰਹੇ ਨੇ, ਜੋ ਗੱਲ ਮੈਂ ਪਿਛਲੇ 4.5 ਸਾਲ ਤੋਂ ਕਹਿ ਰਿਹਾ ਸੀ ਕਿ ਦੋਨੇ ਸਾਲਾ ਭਣੋਈਆ ਇਹ ਕੰਪਨੀ ਵਾਂਗੂ ਚਲਾਉਂਦੇ ਆ, ਇਹ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗੂ ਚਲਾ ਰਹੇ ਨੇ ਪਾਰਟੀ ਨੂੰ, ਔਰ ਟਕਸਾਲੀ ਆਗੂ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਉਹ 1960 ਦੇ ਜੇਲ੍ਹਾਂ 'ਚੋਂ ਕੱਟਦੇ ਆ ਰਹੇ ਨੇ, ਉਹਨਾਂ ਨੂੰ ਖੁੱਡੇ ਲੈਣ ਲਾਤਾ ਅਤੇ ਹੁਣ ਕਹਿੰਦੇ ਨੇ, ਇਹ ਤਾਂ ਕਹਿੰਦੇ ਹਾਰੇ ਹੋਏ ਨੇ ਅਤੇ ਜਿਹੜੇ ਜਿਹੜੇ ਕਹਿੰਦੇ ਨੇ ਉਹ ਖੁਦ ਹਾਰੇ ਹੋਏ ਨੇ। ਸੋ ਇਹ ਤਾਂ ਉਹਨਾਂ ਦਾ, ਮੈਂ ਤਾਂ ਬਹੁਤ ਚਿਰ ਤਾਂ ਕਹਿੰਦਾ ਸੀ ਸਟੇਜਾਂ 'ਤੇ ਕਿ ਬਾਦਲ ਸਾਹਿਬ ਤੁਹਾਡੀ ਉਮਰ ਰੱਬ ਲੰਬੀ ਕਰੇ ਤਾਂ ਕਿ ਤੁਸੀਂ ਪੁੱਤਰ ਮੂੰਹ 'ਚ ਪੈ ਕੇ ਜੋ ਆਪਣੀ ਪਾਰਟੀ ਦਾ ਹਾਲ ਕੀਤਾ, ਜਿਹੜੀ ਸ਼ਹੀਦਾਂ ਦੀ ਅਤੇ ਕੁਰਬਾਨੀਆਂ ਵਾਲੀ ਪਾਰਟੀ ਸੀ ਉਹਦਾ ਜੋ ਤੁਸੀਂ ਹਾਲ ਕੀਤਾ, ਤੁਸੀਂ ਅੱਖੀ ਦੇਖ ਕੇ ਜਾਓ ਉਹ ਦੇਖ ਲਓ। 92 ਸਾਲ ਦੀ ਉਮਰ 'ਚ ਜੋੜੇ ਸਾਫ਼ ਕਰਨੇ ਪੈ ਰਹੇ ਨੇ, ਜਦੋਂ ਮੁੰਡਾ ਨਲਾਇਕ ਨਿਕਲਿਆ ਬਈ ਬਜ਼ੁਰਗਾਂ ਦਾ ਹਾਲ ਹੋ ਜਾਂਦਾ, ਬੂਟ ਸੜੇ ਕੱਪੜੇ ਵਾਲੇ ਬੁੱਧੀ ਨੇ, ਹੁਣ ਕਰੀਏ ਕੀ, ਉਹ ਚੀਮਾ ਚੱਪਲ 'ਤੇ ਪਾਲਿਸ਼ ਕਰੀ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਚਾਹੁੰਦੀ ਚੁਹੁੰਦੀ ਲੱਗ ਗਈ ਇਹਨਾਂ ਨੂੰ। ਹੁਣ ਮੈਂ ਤੁਹਾਨੂੰ ਦੱਸਾਂ, ਹਾਂ ਤਾਂ ਬਚਿਆ ਕਰੋ, ਨਾਲੇ ਇਹਨਾਂ ਦੇ ਮੂਹਰੇ ਮਹਿਕ ਮੁਹਕ ਨਾ ਕਰੋ, ਕੋਈ ਰੋੜੇ ਰੂੜੇ ਵੀ ਮਾਰ ਸਕਦੇ ਨੇ। ਭਗਵੰਤ ਮਾਨ ਨੇ ਸੁਖਬੀਰ ਬਾਦਲ ਦਾ ਮਜ਼ਾਕ ਉਡਾਉਣ ਦਾ ਅੱਜ ਤੱਕ ਕੋਈ ਮੌਕਾ ਨਹੀਂ ਛੱਡਿਆ। ਹਰ ਸਮੇਂ ਸੁਖਬੀਰ ਨੂੰ ਮਜ਼ਾਕੀਆ ਲਹਿਜੇ 'ਚ ਭਗਵੰਤ ਮਾਨ ਭੰਡਦੇ ਦਿਖਾਈ ਦਿੰਦੇ ਨੇ ਅਤੇ ਇਹ ਸਿਲਸਿਲਾ ਰੁਕਣ ਵਾਲਾ ਵੀ ਨਹੀਂ ਹੈ। ਦਾ ਪੰਜਾਬ ਟੀਵੀ।